ਕੁੱਲ ਦੇ ਭਲੇ ਅਤੇ ਕੁੱਲ ਦੀ ਖੈਰ ਦੀ ਗੱਲ ਨਾ ਸਿਰਫ ਇੱਥੋਂ ਦੇ ਸੂਫੀਆਂ ਅਤੇ ਗੁਰੂਆਂ ਨੂੰ ਕੀਤੀ ਹੈ ਬਲਕਿ ਉਸ ਨੂੰ ਕਰਕੇ ਸਾਬਿਤ ਵੀ ਕੀਤਾ ਹੈ। ਔਰ ਇਹ ਸਿਲਸਿਲਾ ਰੁਕਿਆ ਨਹੀਂ, ਅੱਜ ਵੀ ਇਹ ਸਿਲਸਿਲਾ ਸਰਦਾਰ ਗੁਰਚਰਨ ਸਿੰਘ ਬਨਵੈਦ ਦੀ ਸ਼ਕਲ ਦੇ ਵਿੱਚ ਜਾਰੀ ਉਸਾਰੀ ਹੈ, ਜਿਹੜੇ ਪਿਛਲੇ 29 ਸਾਲਾਂ ਤੋਂ ਗੁਰਪੁਰਬ ਦੇ ਮੌਕਾ 'ਤੇ ਕੈਨੇਡਾ ਤੋਂ ਇੱਥੇ ਆਉਂਦੇ ਹਨ। ਲੇਕਿਨ ਇਸ ਦਫ਼ਾ ਕਰੋਨਾ ਦਾ ਕਰਕੇ ਉਹ ਖੁਦ ਤਾਂ ਨਹੀਂ ਆ ਰਹੇ, ਲੇਕਿਨ ਉਹਨਾਂ ਨੇ ਨਨਕਾਣਾ ਸਾਹਿਬ ਦੇ 1000 ਗਰੀਬ ਘਰਾਣਿਆਂ ਵਾਸਤੇ ਰਾਸ਼ਨ ਦਾ ਇਹਤਮਾਮ ਕੀਤਾ ਹੈ। ਇਸ ਦਾ ਐਲਾਨ ਉਹ ਕਿੰਜ ਕਰਦੇ ਹਨ, ਆਓ ਤੁਹਾਨੂੰ ਸੁਣਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ ਸਾਰੇ ਆਵਾਮ ਨੂੰ, ਪਾਕਿਸਤਾਨ ਵਿੱਚ ਵਸਣ ਵਾਲੇ ਮੇਰੇ ਵੀਰ ਦੋਸਤ, ਸਾਰੀਆਂ ਮੇਰੀਆਂ ਭੈਣਾਂ ਬੀਬੀਆਂ ਨੂੰ ਮੇਰਾ ਅਸਲਾਮ ਅਲੈਕਮ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਜਾਣਦੇ ਹੋ ਸਾਰੇ ਕਿ 29 ਸਾਲ ਤੋਂ ਸਾਡਾ ਪਰਿਵਾਰ ਨਨਕਾਣਾ ਸਾਹਿਬ ਦੇ ਨਾਲ ਜੁੜਿਆ ਹੋਇਆ ਸੀਗਾ। ਅਸੀਂ ਆ ਕੇ ਉੱਥੇ ਨਨਕਾਣਾ ਸਾਹਿਬ ਹਰ ਇੱਕ ਸਾਲ ਨਵੰਬਰ ਦੇ ਵਿੱਚ ਆਉਂਦੇ ਸੀ ਅਤੇ ਸਰਦੀ ਸੇਵਾ ਵੀ ਕਰਦੇ ਸੀ। ਸੋ ਇਸ ਵਕਤ ਕਰੋਨਾ ਦੀ ਵਜ੍ਹਾ ਕਰਕੇ ਅਸੀਂ ਨਨਕਾਣਾ ਸਾਹਿਬ ਨਹੀਂ ਆ ਸਕਦੇ, ਕਿਉਂਕਿ ਅਸੀਂ ਬਹੁਤ ਮਿਸ ਕਰਦੇ ਹਾਂ। ਦਿਨ ਰਾਤ ਤੜਫਣਾ ਲੱਗੀ ਰਹਿੰਦੀ ਆ, ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ। ਤੇ ਧੂੜ ਨਨਕਾਣੇ ਦੀ ਜੇ ਮਿਲੇ ਤੇ ਮਸਤਕ ਲਾਵਾਂ, ਮਸਤਕ ਹੁੰਦਾ ਮੱਥਾ, ਮੱਥਣੀ ਚੁੱਕ ਕੇ ਉਹ ਧੂੜ ਲਾਵਾਂ। ਤੇ ਇਹ ਦਿਨ ਰਾਤ ਤੜਫਦੇ ਰਹਿੰਦੇ ਨੇ ਤੇ ਦਿਨ ਰਾਤ ਅੰਦਰੋਂ ਅਸੀਂ ਨਨਕਾਣਾ ਸਾਹਿਬ ਹੀ ਜਾਈਦਾ, ਉੱਥੇ ਘੁੰਮਦੇ ਹਾਂ, ਉੱਥੇ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਰਹਿੰਦੇ ਹਾਂ। ਅਤੇ ਮੈਂ ਪੰਜਾਬੀ ਪ੍ਰਚਾਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਮੈਨੂੰ ਕੰਟੈਕਟ ਕੀਤਾ ਕਿ ਇਸ ਸਾਲ ਆਪਣੇ ਦਿਲ ਦੀਆਂ ਭਾਵਨਾਵਾਂ ਜਿਹੜੀਆਂ ਕਿ ਆਪ ਜੀ ਤੱਕ ਪਹੁੰਚਾਈ, ਅਸੀਂ ਬਹੁਤ ਮਿਸ ਕਰਦੇ ਹਾਂ। ਹਰ ਇੱਕ ਦੇਸ਼ ਦੇ ਵਿੱਚ ਵਸਣ ਵਾਲਾ ਸਿੱਖ ਜੋ ਕਿ ਬਾਹਰ ਦੇ ਦੇਸ਼ਾਂ ਵਿੱਚ ਰਹਿੰਦੇ ਨੇ, ਹਰ ਇੱਕ ਉਤਾਵਲਾ ਪਿਆ ਹੋਇਆ, ਬੜੇ ਟੈਲੀਫੋਨ ਆਉਂਦੇ ਨੇ ਕਿ ਅਸੀਂ ਐਤਕੇ ਜਾਈਏ ਜਾਂ ਨਾ ਜਾਈਏ ਕਰੋਨਾ ਦੀ ਵਜ੍ਹਾ ਦੇ ਨਾਲ ਕਰਕੇ। ਇੱਥੇ ਦੀਆਂ ਗੌਰਮੈਂਟਾਂ, ਕੈਨੇਡਾ ਦੀਆਂ, ਯੂਕੇ ਦੀਆਂ, ਅਮੈਰੀਕਾ ਦੀਆਂ, ਆਸਟ੍ਰੇਲੀਆ ਦੀਆਂ ਗੌਰਮੈਂਟਾਂ ਨੇ ਥੋੜਾ ਗੁਰੇਜ਼ ਕੀਤਾ ਕਿ ਇਹ ਮਹਾਮਾਰੀ ਜੋ ਚੱਲ ਰਹੀ ਆ ਕਿ ਆਪਾਂ ਕਿਸੇ ਹੋਰ ਨੂੰ ਨਾ ਜਾ ਕੇ ਉੱਥੇ ਬਿਮਾਰੀ ਲਾ ਦਈਏ। ਕੋਈ ਪਤਾ ਨਹੀਂ ਹੁੰਦਾ ਕਿਸ ਤਰ੍ਹਾਂ ਦੀ ਬਿਮਾਰੀ ਮਤਲਬ ਚੱਲ ਰਹੀ ਹੈ, ਇਸ ਕਰਕੇ ਅਸੀਂ ਐਤਕੀ ਨਹੀਂ ਆ ਰਹੇ। ਅਸੀਂ ਦੁਆ ਕਰਦੇ ਹਾਂ ਬਾਬਾ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਰਿਆਂ ਨੂੰ ਇਹ ਮਹਾਂਮਾਰੀ ਦੇ ਵਿੱਚੋਂ ਬਾਹਰ ਕੱਢੇ ਅਤੇ ਜਗਤ ਜਲੰਧਰ ਰੱਖ ਲੈ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਕਰੋ, ਇਸ ਬਿਮਾਰੀ ਨੂੰ ਦੂਰ ਕਰੋ। ਅਤੇ ਪਾਕਿਸਤਾਨ ਗੌਰਮੈਂਟ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ, ਇਮਰਾਨ ਖਾਨ ਸਾਹਿਬ ਉਹਨਾਂ ਦਾ, ਅਤੇ ਪੰਜਾਬ ਦੇ ਗਵਰਨਰ ਸਾਹਿਬ ਸਰਵਰ ਚੌਧਰੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਕਿ ਇਹ ਇਹ ਸਿੱਖਾਂ ਵਾਸਤੇ ਇੱਕ ਸਾਡਾ ਮੱਕਾ ਅਤੇ ਮਦੀਨਾ ਜਿਹੜਾ ਉਹ ਖੋਲਿਆ। 72 ਸਾਲਾਂ ਤੋਂ ਬਾਅਦ ਅਸੀਂ ਜਾ ਕੇ ਦਰਸ਼ਨ ਕਰ ਸਕੀਏ, ਬੜਾ ਪੈਸਾ ਲਾਇਆ ਅਤੇ ਉਸੇ ਕਰਕੇ ਸਾਡੀਆਂ ਜਿਹੜੀਆਂ ਸੇਵਾਵਾਂ ਚੱਲਦੀਆਂ ਸੀ, ਅਸੀਂ ਆਹ ਕੈਂਪ ਲਾਉਂਦੇ ਸੀ ਉੱਥੇ ਪੈੜੇ ਵਾਲੀ ਨਨਕਾਣਾ ਸਾਹਿਬ ਦੇ ਕੋਲ ਜੋ ਹੈ ਕਿ ਅਸੀਂ ਹੋਸਪਿਟਲ ਬਣਾਇਆ ਗੁਰੂ ਨਾਨਕ ਬਾਬਾ ਫਰੀਦ ਟਰੱਸਟ। ਇਸ ਸਾਲ ਅਸੀਂ ਉੱਥੇ ਕੈਂਪ ਨਹੀਂ ਲੱਗ ਰਿਹਾ ਅਤੇ 1000 ਫੈਮਿਲੀ ਨੂੰ ਅਸੀਂ ਰਾਸ਼ਨ ਜਿਹੜਾ ਉਹ ਸਪਲਾਈ ਕਰ ਰਹੇ ਹਾਂ, ਟਰੱਕਾਂ ਦੇ ਟਰੱਕ ਲਿਆ ਕੇ ਉੱਥੇ 1000 ਪੂਰੀ ਫੈਮਿਲੀ ਨੂੰ ਅਸੀਂ ਸਪਲਾਈ ਕਰਾਂਗੇ, ਜਿਹਦੇ ਵਿੱਚ ਸਾਡੇ ਸਾਂਝ ਪਾਉਣਗੇ, ਪੰਜਾਬੀ ਪ੍ਰਚਾਰ ਵਾਲੀ ਟੀਮ ਵੀ ਪੂਰੀ ਪਾਵੇਗੀ ਅਤੇ ਹੋਰ ਵੀ ਜਿਹੜੇ ਸਾਡੇ ਮੀਡੀਆ ਦੇ ਲੋਕ ਨੇ ਉਹਦੇ ਵਿੱਚ ਆ ਕੇ ਸ਼ਿਰਕਤ ਕਰਨਗੇ। ਅਤੇ ਮੈਂ ਦੁਆ ਕਰਦਾ ਪੂਰੇ ਪਾਕਿਸਤਾਨ ਵਾਸਤੇ ਅਤੇ ਆਵਾਮ ਵਾਸਤੇ ਕਿ ਇਸ ਮਹਾਂਮਾਰੀ ਤੋਂ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਾ ਲੈਣ ਤੇ ਆਪਾਂ ਰਲ ਮਿਲ ਕੇ ਜਿਹੜੇ ਜਾਣ ਵਾਲੇ ਨੇ ਸਿੱਖ ਯਾਤਰੀ ਉੱਥੇ ਆਪਣਾ ਖਿਆਲ ਰੱਖਣ ਤੇ ਕਿਸੇ ਨੂੰ ਵੀ ਤੰਗੀ ਨਾ ਦੇਣ ਤੇ ਜਾ ਕੇ ਆਪਣਾ ਜੋ ਵੀ ਗੌਰਮੈਂਟ ਦੇ ਕਾਨੂੰਨ ਨੇ ਉਹਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਨ ਤਾਂ ਕਿ ਲੋਕਲ ਡਿਸਟੈਂਸ ਹੈ ਜੋ ਕਿ ਉਹ ਬਣਿਆ ਰਵੇ ਆਪਣੀ ਬਿਮਾਰੀ ਤੋਂ ਦੂਰ ਰਹਿ ਕੇ ਵਾਪਸ ਤਜਾਰਤ ਕਰਕੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜ਼ੀ ਖੁਸ਼ੀ ਜਾਣ। ਸੋ ਪਾਕਿਸਤਾਨ ਵੀਰਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ, ਗੁਰੂ ਨਾਨਕ ਦੀ ਪੂਰੇ ਸਿੱਖ ਜਗਤ ਨੂੰ ਵਧਾਈ ਦਿੰਦੇ ਹਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਅਗਰ ਜੀਂਦੇ ਰਹੇ ਤਾਂ ਮੁੜ ਕੇ ਫਿਰ ਸੇਵਾ ਕਰਾਂਗੇ, ਜਿੱਥੇ 250-250 ਲੋਕਾਂ ਦੀਆਂ ਸਰਜਰੀਆਂ ਹੁੰਦੀਆਂ ਸਨ, ਬੜੇ ਟੈਲੀਫੋਨ ਆਉਂਦੇ ਨੇ, ਬੁੱਢੀਆਂ ਮਾਵਾਂ ਬੁੱਢੇ ਬਾਪ ਜਿਹੜੇ ਨੇ ਉਹ ਤੜਫਦੇ ਨੇ ਮੈਡੀਕਲ ਵਾਸਤੇ। ਅਸੀਂ ਜਿੰਨਾ ਵੀ ਹੋ ਸਕੇ ਅਸੀਂ ਜ਼ਰੂਰ ਕਰਾਂਗੇ ਜੀ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਜੀ ਤੋਂ ਖਿਮਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰਿਆਂ ਵੱਲੋਂ ਗੁਰੂ ਨਾਨਕ ਦੇਵ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਸਾਰੀ ਸੰਗਤ ਨੂੰ, ਪਾਕਿਸਤਾਨ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਕਿ ਅਸੀਂ ਹਰ ਸਾਲ ਨਨਕਾਣਾ ਸਾਹਿਬ ਆਉਂਦੇ ਸੀਗੇ ਤੇ ਇਸ ਸਾਲ ਅਸੀਂ ਕੋਰੋਨਾ ਦੇ ਕਰਕੇ ਅਸੀਂ ਨਹੀਂ ਆ ਸਕੇ ਤੇ ਅਸੀਂ ਬਹੁਤ ਜ਼ਿਆਦਾ ਮਿਸ ਕਰਦੇ ਹਾਂ ਕਿ ਅਸੀਂ ਇਹ ਸਾਲ ਨਨਕਾਣਾ ਸਾਹਿਬ ਨਹੀਂ ਆ ਸਕੇ। ਸਾਡੇ ਵੱਲੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਪਰਮਾਤਮਾ ਕਰੋਨਾ ਦਾ ਜੋ ਇਹ ਚੱਲ ਰਿਹਾ ਆ, ਕਰੋਨਾ ਕਰਕੇ ਇਹ ਸਾਰੀ ਦੁਨੀਆ ਨਹੀਂ ਇਸ ਸਾਲ ਆ ਸਕੀ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਠੀਕ ਕਰੇ ਤੇ ਅਸੀਂ ਅੱਗੇ ਦੀ ਤਰ੍ਹਾਂ, ਪਹਿਲੇ ਦੀ ਤਰ੍ਹਾਂ ਅਸੀਂ ਫਿਰ ਜਾ ਕੇ ਦਰਸ਼ਨ ਕਰੀਏ ਗੁਰੂ ਨਾਨਕ ਦੇਵ ਜੀ ਦੇ। ਤੇ ਇਸ ਸਾਲ ਅਸੀਂ ਬਹੁਤ ਮਿਸ ਕਰਦੇ ਹਾਂ ਕਿ ਅਸੀਂ ਮਠਿਆਈ ਜੋ ਲੈ ਕੇ ਜਾਂਦੇ ਸੀ, ਜੋ ਕੈਂਪ ਲੱਗਦੇ ਸੀਗੇ, ਉਹ ਇਸ ਵੇਲੇ ਨਹੀਂ ਕੈਂਪ ਲੱਗੇ ਤੇ ਮਠਿਆਈ ਵੀ ਨਹੀਂ ਲੱਗੀ। ਤੇ ਮੈਂ ਸਾਰੀ ਸੰਗਤ ਨੂੰ, ਭੈਣਾਂ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ।